मैं मतलब 16 तरीक नूं कल ही घरे ही तो उस नाम सिंह आया मतलब मैं अंदर कल्ली लम्मे पई ही तो मेरे ना मतलब जबरदस्ती की इन्हें। ਕਿੰਨੇ ਸਤਰਾਮ ਸਿੰਘ ਨੇ हाँ जी ਕਿੱਥੋਂ ਦਾ ਉਹ ਨਾਮ ਸਿੰਘ ਉੱਥੇ ਲੱਗੇ ਹੀ ਆ। ਤੁਹਾਡੇ ਲੱਗੇ ਰਹਿੰਦਾ ਉਹ? हाँ जी। ਅੱਛਾ ਤੇ ਅੱਜ ਕੀ ਗੱਲ ਹੋਈ? ਅੱਜ ਉਹ ਫੇਰ ਆਇਆ ਸੀਗਾ ਮਤਲਬ ਮੈਂ ਕੰਮ ਕਰਨ ਨਹੀਂ ਕੱਲੀ ਘਰੇ ਹੀ ਅੱਛਾ ਤੇ ਅੱਜ ਫੇਰ ਉਹ ਜ਼ਬਰਦਸਤੀ ਕਰਨ ਲੱਗਿਆ ਸੀਗਾ ਮੇਰੀ ਬਾਂਹ ਫੜੀ ਸੀ ਉਹਨੇ ਤੇ ਉਹਨੇ ਟਾਈਮ ਨੂੰ ਮੇਰਾ ਰੌਲਾ ਪਾਤਾ ਤੇ ਫਿਰ ਮੇਰੇ ਚਾਚੀ ਸੱਸ ਆ ਗਈ ਉਹਨੇ ਟਾਈਮ ਨੂੰ ਫਿਰ ਉਹ ਚਲੇ ਗਏ। ਭੱਜ ਗਿਆ ਤੂੰ? हाँ जी। ਤੇ ਕੋਈ ਦਰਖਾਸਤ ਦਿੱਤੀ ਇਸ ਸੰਬੰਧੀ? हाँ जी। ਕਾਰਵਾਈ ਹੋਈ ਅਜੇ ਤੱਕ? ਨਹੀਂ ਹੁਣ ਕੀ ਚਾਹੁੰਦੇ ਕੀ ਜੀ? ਮੈਂ ਇਹੀ ਚਾਹੁੰਦੀ ਹਾਂ ਕਿ ਮੈਨੂੰ ਮਤਲਬ ਇਨਸਾਫ ਚਾਹੀਦਾ। ਪਰ ਜੇ ਪਹਿਲਾਂ ਵੀ ਇਹਨੇ ਹਰਕਤਾਂ ਕੀਤੀਆਂ ਵਾ ਅਸੀਂ ਆਪਦੀ ਇੱਜ਼ਤ ਦਾ ਕਰਕੇ ਅਸੀਂ ਆਖਿਆ ਵੀ ਨਾ ਹੀ ਗੱਲ ਵੀ ਖਿਲ ਰਹੇ। ਕਿੰਨੇ ਜੀ? ਖਿਲ ਰਹੇ ਇਹਨੇ ਸੱਤੇ ਨਾਮ ਨੇ। ਤੇ ਹੁਣ ਕੀ ਗੱਲ ਹੋਈ ਹੈ? ਹੁਣ ਫਿਰ ਇਹਨੇ ਹਰਕਤ ਕੀਤੀ ਆ ਤੇ ਜੇ ਵਹੁਟੀ ਚੀਕਾਂ ਮਾਰਦੀ ਤੇ ਫਿਰ ਅਸੀਂ ਆਣ ਕੇ ਫੜਿਆ ਵਾ ਵੇਖਿਆ ਤੇ ਇਹ ਭੱਜ ਗਿਆ। ਕੋਈ ਦਰਖਾਸਤ ਦਿੱਤੀ ਇਸ ਸੰਬੰਧ? ਦਰਖਾਸਤ ਦਿੱਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਹੁਣ ਕੀ ਮੰਗ ਕੀ ਕਰਦੇ? ਮੰਗ ਕਰਦੇ ਆ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ। ਗੱਲ ਇਸ ਤਰ੍ਹਾਂ ਵੀ ਮੈਂ ਮਤਲਬ ਕਿ ਡੇਲੀ ਕੰਮ 'ਤੇ ਜਾਂਦਾ ਵੀ ਮਤਲਬ ਅੱਗੇ ਦੀ ਤਰ੍ਹਾਂ ਅੱਜ ਵੀ ਮੈਂ ਕੰਮ 'ਤੇ ਗਿਆ ਸੀ ਅਤੇ ਵੀ ਮੈਂ ਮੇਰੀ ਤਾਈ ਨੇ ਫੋਨ ਕੀਤਾ ਹੈ ਅਤੇ ਮੈਂ ਜਦੋਂ ਵੀ ਮਤਲਬ ਘਰ ਆਇਆ ਵਾਂ ਅਤੇ ਮੇਰੀ ਵਾਈਫ ਮਤਲਬ ਰੋਣ ਦੀ ਸੀ ਅਤੇ ਉਹਨਾਂ ਨੇ ਮੈਨੂੰ ਸਾਰੀ ਹਕੀਕਤ ਦੱਸੀ ਆ ਵੀ ਮੇਰੇ ਨਾਲ ਇਸ ਤਰ੍ਹਾਂ ਵੀ ਪਹਿਲਾਂ ਵੀ ਮਤਲਬ 16 ਤਰੀਕ ਨੂੰ ਪਈ ਦੂਜਾ ਮੇਰੇ ਮੁੰਡਾ ਸਤਨਾਮ ਸਿੰਘ ਮੁੰਡਾ ਮੇਰੇ ਘਰ ਆਇਆ ਮੇਰੇ ਨਾਲ ਜ਼ਬਰਦਸਤੀ ਕੀਤੀ ਆ ਅਤੇ ਅੱਜ ਫਿਰ ਉਹਨੇ ਉਹੀ ਕੰਮ ਕੀਤਾ ਵਾ ਅਤੇ ਮੈਂ ਇਹ ਚਾਹੁੰਦਾ ਵੀ ਪੁਲਿਸ ਨੇ ਵੀ ਅਜੇ ਵੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਮੈਂ ਵੀਰ ਜੀ ਇਹੀ ਚਾਹੁੰਦਾ ਵੀ ਕਾਰਵਾਈ ਹੋਵੇ। ਇਹ ਸਤਨਾਮ ਸਿੰਘ ਜਿਹੜਾ ਕਿਹੜੇ ਪਿੰਡ ਦਾ ਹੈ? ਇਹ ਵੀ ਵੀਰ ਜੀ ਬੜਾ ਤੇਲੀਆਂ ਦਾ ਹੀ ਆ। ਤੇ ਪੁਲਿਸ ਨੂੰ ਦਰਖਾਸਤ ਦਿੱਤੀ ਇਸ ਸੰਬੰਧੀ? ਹਾਂਜੀ ਦਰਖਾਸਤ ਦਿੱਤੀ ਅਤੇ ਕੋਈ ਕਾਰਵਾਈ ਨਹੀਂ ਕੀ ਹੋਈ ਆ। ਕੀ ਮੰਗ ਕੀ ਕਰਦੇ ਹੁਣ ਤੁਸੀਂ? ਹਾਂਜੀ ਕੀ ਮੰਗ ਕਰਦੇ ਜੀ? ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੀ ਸੁਣਵਾਈ ਹੋਵੇ ਅਤੇ ਮਤਲਬ ਜੋ ਮੌਜੂਦਾ ਕਾਰਵਾਈ ਕੀਤੀ ਜਾਵੇ ਆ ਅਤੇ ਸਾਨੂੰ ਇਨਸਾਫ ਮਿਲੇ ਆ। ਹਾਲੇ ਇਹ ਵੀ ਸਤਨਾਮ ਸਿੰਘ ਉਹ ਮੇਰੀ ਲੜਕੀ ਦੇ ਨਾਲ ਜ਼ਬਰਦਸਤੀ ਆਵੇ ਧੱਕਾ ਕਰਦਾ ਸੀ ਪਿਛਲੇ 16 ਤਰੀਕ ਨੂੰ ਵੀ ਇਹਨੇ ਧੱਕਾ ਕੀਤਾ ਅੱਜ ਫਿਰ ਧੱਕਾ ਕੀਤਾ ਜੀ ਇਹਨੇ ਲੜਕੀ ਦਾ ਇਨਸਾਫ ਚਾਹੀਦਾ। ਇੱਕ ਦਰਖਾਸਤ ਦਿੱਤੀ ਜੀ? ਹਾਂਜੀ ਦਿੱਤੀ ਹੈ ਜੀ। ਕੋਈ ਕਾਰਵਾਈ ਹੋਈ? ਨਹੀਂ ਹੋਈ। ਕੀ ਚਾਹੁੰਦੇ ਕੀ ਹੁੰਦੇ? ਸਾਨੂੰ ਇਨਸਾਫ ਚਾਹੀਦਾ ਜੀ। ਜਿਹੜੀ ਦਰਖਾਸਤ ਮੈਨੂੰ ਹੁਣੇ ਆਈ ਅਜੇ ਅਤੇ ਮੈਂ ਇਹਦੇ ਬਾਰੇ ਨਾ ਜਾ ਕੇ ਅਤੇ ਹੋਰ ਚੱਲਿਆ ਵਾਂ ਅਤੇ ਜਾ ਕੇ ਵੈਰੀਫਾਈ ਕਰਦਾ ਜਿਹੜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਮੈਂ ਕਾਰਵਾਈ ਕਰਾਂਗਾ। ਸਰ ਪੁਲਿਸ ਤਾਂ ਗਈ ਉੱਥੋਂ ਹੋ ਗਿਆ ਜੀ ਅੱਗੇ? ਉਹ ਬੰਦਾ ਘਰ ਨਹੀਂ ਮਿਲਿਆ ਫਿਰ ਵੀ ਮੈਂ ਉਹਦੀ ਕਰਕੇ ਅਤੇ ਉਹਦੀ ਕੁੜੀ ਦੇ ਕੁੜੀ ਦਾ ਉਹਨਾਂ ਨੂੰ ਸੱਦਿਆ ਕੁੜੀ ਵਾਲੇ ਪਰਿਵਾਰ ਨੂੰ ਜੋ ਵੀ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਕਰਵਾਈ ਕਰਾਂਗਾ।